ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤੇ, ਜਿਸ ਤਰ੍ਹਾਂ ਆਪਣੀ ਗੱਲਬਾਤ ਚੱਲ ਰਹੀ ਹੈ ਕਿ ਯੂਪੀ ਦੇ ਹਾਥਰਸ ਸ਼ਹਿਰ ਦੇ ਵਿੱਚ ਇੱਕ ਭੋਲੇ ਬਾਬਾ ਦਾ ਜਿਹੜਾ ਸਤਸੰਗਤ ਸੀ, ਸਤਸੰਗਤ ਦੇ ਦੌਰਾਨ 50,000 ਦੇ ਕਰੀਬ ਲੋਕ ਇਕੱਠੇ ਹੋਏ ਸੀ, ਜਿਨ੍ਹਾਂ ਦੇ ਦੌਰਾਨ ਗੇਟ ਤੰਗ ਸੀ, ਨਿਕਲਣ ਵਾਲੇ ਕਾਹਲੀ ਕਰਨ ਲੱਗੇ। 122 ਮੌਤਾਂ ਹੋ ਗਈਆਂ ਨੇ, ਮੌਤਾਂ ਦੀ ਤਾਦਾਦ ਵੱਧ ਸਕਦੀ ਹੈ, ਅਤੇ 150 ਦੇ ਕਰੀਬ ਲੋਕ ਜ਼ਖਮੀ ਨੇ। ਹੁਣ ਇਹ ਜਿਹੜਾ ਪ੍ਰਵਚਨ ਸੁਣਾ ਰਿਹਾ ਨਰਾਇਣ ਹਰੀ ਸਾਈਂ ਸੀ, ਇਹ ਅਸਲ ਦੇ ਵਿੱਚ ਹੈ ਕੌਣ? ਬੜਾ ਅਪ ਟੂ ਡੇਟ ਹੈ, ਜਾਟਵ ਸਮਾਜ ਦੇ ਵਿੱਚੋਂ ਹੈ ਉਹ, ਇੱਥੇ SC ST ਭਾਈਚਾਰਿਆਂ 'ਚੋਂ ਇੱਕ ਤਾਂ ਜਾਟ ਹੈ, ਇੱਕ ਜਾਟਵ ਸਮਾਜ ਆਉਂਦਾ ਹੈ, ਹੇਠਲੇ ਵਰਗਾਂ 'ਚੋਂ ਆਉਂਦਾ ਹੈ। ਉਸ ਦੇ ਵਿੱਚ ਇਸ ਦੀ ਅੱਛੀ ਖਾਸੀ ਛਵੀ ਸੀ, ਯੂਪੀ ਰਾਜਸਥਾਨ ਤੱਕ ਇਸ ਦਾ ਫੈਨ ਫੋਲੋਇੰਗ ਸੀਗੀ, ਭਗਤ ਸੀਗੇ ਇਹਦੇ। ਏਟਾ ਜ਼ਿਲ੍ਹੇ ਦੇ ਬਹਾਦਰ ਨਗਰੀ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਸ਼ੁਰੂਆਤੀ ਪੜ੍ਹਾਈ ਇਸਨੇ ਏਟਾ ਜ਼ਿਲ੍ਹੇ ਦੇ ਵਿੱਚੋਂ ਕੀਤੀ, ਅਤੇ ਕਾਸ਼ੀ ਰਾਮ ਨਗਰ ਦੇ ਪਟਿਆਲੀ ਦਾ ਰਹਿਣ ਵਾਲਾ, ਛੋਟਾ ਜਿਹਾ ਕਸਬਾ ਪਟਿਆਲੀ, ਕਿਉਂਕਿ ਮੈਂ ਅਸੀਂ ਇੱਕ ਦੋ ਵਾਰੀ ਉੱਥੋਂ ਦੀ ਲੰਘਿਆ, ਮੈਂ ਵਿਚੇਚਾ, ਮੈਨੂੰ ਅੱਜ ਵੀ ਯਾਦ ਹੈ ਉਹ ਕਸਬਾ, ਸਬ ਤਹਿਸੀਲ ਵੀ ਨਹੀਂ ਹੋਣਾ ਮੇਰੇ ਖਿਆਲ, ਹੁਣ ਬਣ ਗਿਆ ਹੋਵੇ ਸ਼ਾਇਦ, ਵੱਡਾ ਪਿੰਡ ਸੀ ਮਤਲਬ। ਅਤੇ ਉੱਥੇ ਅਸੀਂ ਕਿਸੇ ਦੇ ਘਰ ਵੀ ਗਏ ਸੀ, ਉਹ ਪਟਿਆਲਾ ਸ਼ਹਿਰ ਦੇ ਹੋਣ ਕਰਕੇ ਪਟਿਆਲੀ ਮੈਨੂੰ ਹਮੇਸ਼ਾ ਯਾਦ ਰਹਿੰਦਾ। ਪਟਿਆਲੀ ਦਾ ਇਹ ਰਹਿਣ ਵਾਲਾ, ਕਾਸ਼ੀ ਰਾਮਨਗਰ ਦੇ ਪਟਿਆਲੀ ਦੇ ਰਹਿਣ ਵਾਲਾ, ਬਚਪਨ ਦੇ ਵਿੱਚ ਇਹ ਭੋਲਾ ਬਾਬਾ ਖੇਤੀਬਾੜੀ 'ਚ ਹੱਥ ਮਟਾਉਂਦਾ ਸੀ ਆਪਣੇ ਪਿਤਾ ਨਾਲ, ਫਿਰ ਇਹ ਪੁਲਿਸ 'ਚ ਭਰਤੀ ਹੋ ਗਿਆ। ਇਸ ਦੀ ਪੋਸਟਿੰਗ ਯੂਪੀ ਦੇ 12 ਥਾਣਿਆਂ 'ਚ ਰਹੀ ਹੈ, ਇਹ ਇੰਟੈਲੀਜੈਂਸ ਯੂਨਿਟ ਦੇ ਵਿੱਚ ਵੀ, ਜਾਣੀ CID 'ਚ ਵੀ ਰਿਹਾ, ਤੇਜ਼ ਹੋਏਗਾ ਥੋੜ੍ਹਾ। 18 ਸਾਲ ਦੀ ਉਮਰ ਦੇ ਵਿੱਚ ਇਹ 1990 ਦੇ ਦਹਾਕੇ 'ਚ ਇਸਨੇ ਫਿਰ ਜਿਹੜਾ ਹੈਗਾ 18 ਸਾਲ ਬਾਅਦ ਜਾਣੀ ਨੌਕਰੀ ਕਰਕੇ ਇਸਨੇ VRS ਲੈ ਲਈ, ਅਗਾਊਂ ਰਿਟਾਇਰ ਹੋ ਗਿਆ 18 ਸਾਲ ਪੁਲਿਸ ਦੀ ਨੌਕਰੀ ਕਰਨ ਤੋਂ ਬਾਅਦ CID ਇੰਟੈਲੀਜੈਂਸ ਦੀ। ਅਤੇ ਹੁਣ ਇਹ ਆਪਣੇ ਪਿੰਡ ਦੇ ਵਿੱਚ ਹੀ ਇੱਕ ਅਲੀਸ਼ਾਨ ਝੋਪੜੀ ਬਣਾ ਕੇ ਰਹਿੰਦਾ ਹੈ। ਅਧਿਆਤਮ ਦੀ ਤਰਫ ਜਾਣ ਤੋਂ ਪਹਿਲਾਂ ਉਸਨਾਂ ਨਾਂ, ਆਪਣਾ ਨਾਂ ਬਦਲ ਕੇ ਸਕਾਰ ਵਿਸ਼ਵ ਹਰੀ ਰੱਖ ਲਿਆ, ਅਤੇ ਉਸਦੀ ਪਤਨੀ ਵੀ ਉਸਦੇ ਸਮਾਗਮ ਦੇ ਵਿੱਚ ਬਿਲਕੁਲ ਉਸਦੇ ਨਾਲ ਬੈਠਦੀ ਹੈ, ਜਿਸ ਤਰ੍ਹਾਂ ਤੁਸੀਂ ਤਸਵੀਰ ਵੇਖਦੇ ਹੋ। ਅਤੇ ਇਸ ਸੰਬੰਧੀ ਇਹ ਸਕਾਰ ਹਰੀ ਪ੍ਰਭੂ ਕਹਿੰਦਾ ਸਾਡੇ ਚਰਨਾਂ 'ਚ ਨਿਵਾਸ ਕਰਦੇ ਆ। ਇਸ ਦੌਰਾਨ ਨੌਕਰੀ ਜਦੋਂ ਇਸਨੇ ਛੱਡੀ ਤਾਂ ਇਸਨੇ ਦਾਅਵਾ ਕੀਤਾ ਕਿ ਮੈਨੂੰ ਭਗਵਾਨ ਦੇ ਦਰਸ਼ਨ ਹੋਏ ਨੇ। 18 ਸਾਲ ਨੌਕਰੀ ਕਰ ਲਈ, ਮਾੜਾ ਮੋਟਾ ਧਾਰਮਿਕ ਇਹਦਾ ਸਿਲਸਿਲਾ ਚੱਲਦਾ ਸੀਗਾ, ਅਤੇ ਫਿਰ ਆਸ ਪਾਸ ਦੇ ਇਲਾਕਿਆਂ ਤੋਂ ਲੋਕ ਇਸ ਕੋਲ ਆਉਣ ਲੱਗੇ। ਆ ਜਿਵੇਂ ਤੁਸੀਂ ਵੇਖੋ, ਇੱਕ ਬਰਨਾਲਾ ਹੰਡਿਆਏ ਦਾ ਇੱਕ ਪੁਲਿਸ ਵਾਲਾ ਵੀ ਪੁੱਛਣ ਦੇਈ ਜਾਂਦਾ, ਅਤੇ ਉਹ ਸਮਾਗਮਾਂ ਦੇ ਵਿੱਚ ਜਾਂਦਾ ਸੀ। ਕਹਿੰਦਾ ਉਹਨੂੰ ਨਹੀਂ ਮਾਲੂਮ ਕਿ ਸਰਕਾਰੀ ਨੌਕਰੀ ਦਾ ਅਤੇ ਅਧਿਆਤਮ ਦਾ ਰਿਸ਼ਤਾ ਕਿਵੇਂ ਬਣ ਗਿਆ। ਆਖਿਰ ਇਸਨੇ 18 ਸਾਲ ਪੁਲਿਸ ਦੀ ਨੌਕਰੀ ਕਰਨ ਤੋਂ ਬਾਅਦ, ਕਿਉਂਕਿ CID ਵਿੰਗ ਸੀ, ਉਹ ਕੁਦਰਤੀ ਹੈ ਕਿ ਤੇਜ਼ ਹੋਏਗਾ, ਉਹਨਾਂ ਨੂੰ ਜੱਜਮੈਂਟ ਵੈਸੇ ਹੀ ਹੋ ਜਾਂਦੀ ਹੈ। ਪੁਲਿਸ ਵਾਲੇ ਤਾਂ ਇਹ ਹੈ ਕਿ ਹੁਣ ਇੱਕ ਸਾਡਾ ਰਿਸ਼ਤੇਦਾਰ ਸੀਗੇ ਰਿਟਾਇਰਡ IG, ਉਹਨੇ ਦੱਸਿਆ, ਕਹਿੰਦਾ ਅਸੀਂ ਤਾਂ ਵੀ ਪੁਲਿਸ ਵਾਲੇ ਨੂੰ, ਕਹਿੰਦਾ ਟੈਕਸੀ ਵਾਲੇ ਨੂੰ ਗੱਡੀ ਚਲਾਉਂਦੇ ਨੂੰ ਵੇਖ ਕੇ ਦੱਸ ਦਈਦਾ ਵੀ ਡਰਾਈਵਰ ਹੈ, ਕਹਿੰਦਾ ਕਹਿੰਦਾ ਇਹਦੇ ਹੀ ਆਪਣੀ ਆ, ਗੱਲ ਪੁਰਾਣੀ ਹੈ। ਉਦੋਂ ਸਿੰਗਲ ਸੀਟ ਨਹੀਂ ਸੀ ਹੁੰਦੀ ਮੂਹਰੇ ਡਰਾਈਵਰ ਦੇ, ਮੰਨ ਲਓ ਲੰਬੀ ਸੀਟ ਹੁੰਦੀ ਸੀ ਜਿਵੇਂ ਪਿੱਛੇ 3, ਉਵੇਂ ਹੀ ਮੂਹਰੇ 3। ਕਹਿੰਦਾ ਜਿਹੜਾ ਡਰਾਈਵਰ ਸੀ ਹਮੇਸ਼ਾ ਉਹ ਪਿੱਠ ਡੋਰ ਵੱਲ ਨੂੰ ਕਰਕੇ ਬਹਿੰਦਾ ਸੀ, ਕਿਉਂਕਿ ਸਵਾਰੀਆਂ ਬਿਠਾ ਬਿਠਾ ਕੇ ਆਦਤ ਬਣ ਜਾਂਦੀ ਹੈ। ਕਹਿੰਦਾ ਉੱਥੋਂ ਹੀ ਅਸੀਂ ਜੱਜ ਕਰ ਲੈਂਦੇ ਸੀ ਵੀ ਇਹ ਟੈਕਸੀ ਡਰਾਈਵਰ ਹੈ, ਮਾਲਕ ਨਹੀਂ ਹੈਗਾ ਜਾਂ ਡਰਾਈਵਰ ਆ ਗੱਡੀ ਦਾ। ਖੈਰ, ਇਸ ਤਰ੍ਹਾਂ ਪੁਲਿਸ ਵਾਲਿਆਂ ਦੀ ਜੱਜਮੈਂਟ ਬਹੁਤ ਹੁੰਦੀ ਹੈ ਬੰਦੇ ਨੂੰ ਪਰਖਣ ਦੀ। CID ਦੇ ਵਿੱਚ ਸੀਗਾ, ਤੇਜ਼ ਸੀਗਾ, ਸੋ ਇਸਨੇ VRS ਲੈ ਕੇ ਆਪਣਾ ਪ੍ਰਵਚਨ ਦਾ ਕੰਮ ਸ਼ੁਰੂ ਕਰ ਲਿਆ। ਉਹ ਕਹਿੰਦਾ ਮੈਂ ਕਿਤੇ ਨਹੀਂ ਜਾਂਦਾ, ਬਲਕਿ ਭਗਤ ਮੈਨੂੰ ਬੁਲਾਉਂਦੇ ਨੇ। ਭਗਤਾਂ ਦੀ ਫਰਿਆਦ 'ਤੇ ਉਹ ਅਲੱਗ ਅਲੱਗ ਸਥਾਨਾਂ 'ਤੇ ਘੁੰਮ ਕੇ ਸਮਾਗਮ ਕਰਦਾ। ਹੋਰ ਅਤੇ ਹੋਰ ਯੂਪੀ ਦੇ ਕਈ IPS IAS ਅਫਸਰ ਉਸਦੇ ਚੇਲੇ ਨੇ, ਬਹੁਤ ਸਾਰੇ ਰਾਜਨੇਤਾ ਵੀ ਉਸਦੇ ਸਮਾਗਮਾਂ ਦੇ ਵਿੱਚ ਆਉਂਦੇ ਨੇ, ਅਤੇ ਕਈ ਵੱਡੀਆਂ ਸ਼ਾਦੀਆਂ ਵੀ ਉਹਨਾਂ ਨੇ ਕਰਾਈਆਂ। ਤੁਸੀਂ ਵੇਖੋ ਕਿ ਇਸਦੇ ਸਮਾਗਮਾਂ ਦੇ ਵਿੱਚ ਅਖਿਲੇਸ਼ ਯਾਦਵ ਵਰਗੇ ਲੋਕ ਵੀ ਆਉਂਦੇ ਨੇ। ਇਸ ਸਿਲਸਿਲੇ ਵਿੱਚ ਇਹ ਖੁਦ ਜਾਟਵ ਸਮਾਜ ਦੇ ਵਿੱਚੋਂ ਆ, ਸੋ ਇਸ ਕਰਕੇ ਉਸ ਭਾਈਚਾਰੇ ਦੇ ਲੋਕ UP, ਰਾਜਸਥਾਨ ਅਤੇ MP 'ਚ ਨੇ।
ਐਸ ਸੀ ਐਸ ਟੀ ਅਤੇ ਓ ਬੀ ਸੀ ਵਰਗ ਦੇ ਵਿੱਚ ਉਸਦੀ ਕਾਫ਼ੀ ਵੋਟ ਬੈਂਕ ਹੈ। ਹਾਲਾਂਕਿ ਕੁਝ ਮੁਸਲਿਮ ਵੀ ਉਹਦੇ ਭਗਤ ਨੇ। ਵੈਸੇ ਮੁਸਲਿਮ ਵੀ ਇੱਦਾਂ ਹੀ ਆ, ਉਹ ਵੀ ਕਿਉਂਕਿ ਹੈ ਤਾਂ ਲੋਕਾਂ 'ਚ ਹੋਇਆ, ਤੁਸੀਂ ਕਈ ਡੇਰਿਆਂ 'ਚ ਵੇਖੋ ਮੁਸਲਮਾਨ ਵੀ ਉੱਡੇ ਹੀ ਭਗਤ ਨੇ, ਭਾਵੇਂ ਉਹ ਰਾਮ ਰਹੀਮ ਨੇ ਇਸੇ ਕਰਕੇ ਆਪਣਾ ਨਾਂ ਰੱਖਿਆ ਸੀ ਨਾ। ਉਹਦਾ ਆਪਣਾ ਯੂਟਿਊਬ ਚੈਨਲ ਹੈ, ਆਪਣਾ ਫੇਸਬੁੱਕ ਪੇਜ ਹੈ, ਅਤੇ ਜਿਸ 'ਤੇ ਯੂਟਿਊਬ 'ਤੇ ਉਹਦੇ 31,000 ਸਬਸਕ੍ਰਾਈਬਰ ਨੇ। ਫੇਸਬੁੱਕ ਪੇਜ 'ਤੇ ਉਸਦੇ ਲਾਈਕਸ ਜ਼ਿਆਦਾ ਨਹੀਂ ਹੈ, ਅਤੇ ਜ਼ਮੀਨੀ ਪੱਧਰ 'ਤੇ ਉਸਦੇ ਲੱਖਾਂ ਦੀ ਤਾਦਾਦ ਦੇ ਵਿੱਚ ਅਨੁਯਾਈ ਨੇ ਜਿਹੜੇ ਆਮ ਅਨਪੜ੍ਹ ਵਰਗ 'ਚੋਂ ਇੰਨੇ ਜ਼ਿਆਦਾ। ਸੋ ਸਮਾਗਮ ਦੇ ਵਿੱਚ ਲੱਖਾਂ ਦੀ ਭੀੜ ਉਸਦੇ ਉਮੜਦੀ ਹੈ, ਅਤੇ ਇਸ ਸੰਬੰਧੀ ਉਸਨੇ ਆਖਿਆ ਕਿ ਮਾਨਵ ਧਰਮ ਸੱਚ ਹੈ ਅਤੇ ਮਾਨਵ ਧਰਮ ਹਮੇਸ਼ਾ ਰਹੇਗਾ। ਇਸ ਸੰਬੰਧੀ ਇਹ ਜਿਹੜਾ ਉਹਨਾਂ ਨੇ ਅੱਜ 2 ਜੁਲਾਈ ਦਾ ਜਿਹੜਾ ਹਾਥਰਸ ਦੇ ਵਿੱਚ ਸਮਾਗਮ ਰੱਖਿਆ ਸੀ, ਉਸ ਦੇ ਵਿੱਚ ਇਸ ਵੱਡੇ ਇਕੱਠ ਦੇ ਵਾਸਤੇ ਜਗ੍ਹਾ ਜਗ੍ਹਾ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਇਹਦੀ ਆਪਣੀ ਪ੍ਰਾਈਵੇਟ ਆਰਮੀ ਹੈ ਜਿਨ੍ਹਾਂ ਨੂੰ ਸੇਵਾਦਾਰ ਕਿਹਾ ਜਾਂਦਾ ਹੈ। ਉਸ ਦੇ ਹੋਣ ਵਾਲੇ ਸਾਰੇ ਸਮਾਗਮ ਦੇ ਵਿੱਚ ਇਸ ਦੇ ਬਲੈਕ ਵਰਦੀ ਵਾਲੇ ਕਮਾਂਡੋ ਜਿਹੜੇ ਨੇ ਉਹ ਉਸ ਦੀ ਸਾਰੀ ਸੇਵਾ ਦਾ ਕੰਮ ਸੰਭਾਲਦੇ ਨੇ। ਦੇਸ਼ ਵਿਦੇਸ਼ ਦੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਪਾਣੀ, ਭੋਜਨ ਅਤੇ ਟ੍ਰੈਫਿਕ ਦੀ ਵਿਵਸਥਾ ਇਹਦੇ ਇਹ ਕਾਲੀਆਂ ਵਰਦੀਆਂ ਵਾਲੀ ਇਹਦੀ ਆਪਣੀ ਆਰਮੀ ਕਰਦੀ ਹੈ। ਇਸ ਜਿਸ ਵੀ ਉਹ ਸਤਸੰਗ ਦੇ ਵਿੱਚ ਜਾਂਦਾ ਉੱਥੇ ਪਾਣੀ ਵੰਡਿਆ ਜਾਂਦਾ ਹੈ। ਬਾਬਾ ਦੇ ਅਨੁਯਾਈ ਅਜਿਹਾ ਮੰਨਦੇ ਨੇ ਕਿ ਉਸ ਦਾ ਵੰਡਿਆ ਪਾਣੀ ਪੀਣ ਨਾਲ ਉਹਨਾਂ ਦੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਨੇ। ਏਟਾ ਦੇ ਬਹਾਦਰ ਨਗਰ ਸਥਿਤ ਇਸ ਦੇ ਆਸ਼ਰਮ ਦੇ ਵਿੱਚ ਇਸ ਦਾ ਦਰਬਾਰ ਲੱਗਦਾ ਹੈ, ਅਤੇ ਆਸ਼ਰਮ ਦੇ ਬਾਹਰ ਇੱਕ ਹੈਂਡ ਪੰਪ ਹੈ, ਅਤੇ ਦਰਬਾਰ ਦੇ ਦੌਰਾਨ ਇਸ ਹੈਂਡ ਪੰਪ ਦੇ ਪਾਣੀ ਪੀਣ ਵਾਸਤੇ ਲੰਬੀਆਂ ਕਤਾਰਾਂ ਨੇ। ਲੋਕ ਸਮਝਦੇ ਨੇ ਕਿ ਉਸ ਹੈਂਡ ਪੰਪ ਦੇ ਪਾਣੀ ਦੇ ਵਿੱਚ ਕੋਈ ਕਰਾਮਾਤ ਹੈ। ਜਦੋਂ 2022 ਦੇ ਵਿੱਚ ਕਰੋਨਾ ਦੀ ਲਹਿਰ ਚੱਲ ਰਹੀ ਸੀ ਤਾਂ ਉਸ ਵਕਤ ਫਰਖਾਬਾਦ ਯੂਪੀ ਦਾ ਜੋ ਇਲਾਕਾ ਹੈ ਜਿੱਥੇ ਸਿਲਾਈ ਕਢਾਈ ਦਾ ਸੂਟਾਂ ਦਾ ਕੰਮ ਬਹੁਤ ਹੁੰਦਾ, ਜਿਵੇਂ ਬੀਬੀਆਂ ਸਿਲਕ ਦੇ ਸੂਟ ਕਢਾਉਂਦੀਆਂ ਨੇ, ਆਲੂ ਬਹੁਤ ਹੁੰਦਾ ਫਰਖਾਬਾਦ ਤੋਂ। ਸਲਮਾਨ ਖੁਰਸ਼ੀਦ ਵੀ ਇਸ ਇਲਾਕੇ ਤੋਂ ਨੇਤਾ ਆ ਫਰੂਖਾਬਾਦ ਤੋਂ, ਅਤੇ ਉੱਥੇ ਇਸਨੇ ਕਰੋਨਾ ਦੇ ਦੌਰਾਨ ਸਤਸੰਗ ਕੀਤਾ ਵੱਡਾ। ਜ਼ਿਲ੍ਹਾ ਪ੍ਰਸ਼ਾਸਨ ਨੇ ਸਤਸੰਗ ਦੇ ਵਿੱਚ 50 ਲੋਕਾਂ ਨੂੰ ਸ਼ਾਮਲ ਹੋਣ ਦੀ ਆਗਿਆ ਦਿੱਤੀ, ਪਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਉੱਥੇ ਇਸਨੇ 50,000 ਤੋਂ ਜ਼ਿਆਦਾ ਲੋਕ ਇਕੱਠੇ ਕੀਤੇ। ਅਤੇ ਜਿਸ ਦੌਰਾਨ ਭੀੜ ਦੇ ਚੱਲਦਿਆਂ ਸ਼ਹਿਰ ਦੇ ਵਿੱਚ ਬਹੁਤ ਦਿੱਕਤ ਆਈਆਂ, ਬੜੇ ਲੋਕਾਂ ਨੂੰ ਕਰੋਨਾ ਵੀ ਇੱਧਰ ਉੱਧਰ ਫੈਲਿਆ, ਪਰ ਇਹ ਧੱਕੇ ਨਾਲ ਇਸਨੇ ਸਮਾਗਮ ਕਰਾਇਆ, ਕਿਉਂਕਿ ਯੋਗੀ ਜੀ ਹੈ ਤਾਂ ਸਭ ਕੁਛ ਹੈ ਨਾ। ਅਤੇ ਇਸ ਦੌਰਾਨ ਪ੍ਰਸ਼ਾਸਨ ਦੇ ਰੋਕਣ ਦੇ ਬਾਵਜੂਦ ਕਰੋਨਾ ਕਾਲ ਦੇ ਵਿੱਚ ਇਸਨੇ ਉੱਥੇ ਆਪਣਾ ਸਮਾਗਮ ਕਰਾਇਆ। 50 ਬੰਦਿਆਂ ਦੀ ਆਗਿਆ ਸੀ ਪਰ 50,000 ਦਾ ਇਸਨੇ ਇਕੱਠ ਕੀਤਾ। ਅਤੇ ਉਸਨੇ ਕਈ ਵਾਰੀ ਆਖਿਆ ਕਿ ਉਸਦੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਲੋਕ ਸ਼ਾਮਲ ਹੋਣਗੇ ਅਤੇ ਉਹਨਾਂ ਦੀ ਗੱਲਬਾਤ ਪ੍ਰਸ਼ਾਸਨ ਨਾਲ ਕਰਾਈ ਜਾਵੇਗੀ। ਸੋ ਉਸ ਕਰਕੇ ਉਨੀ ਹੀ ਜਿਹੜੀ ਗੱਲਬਾਤ ਪ੍ਰਸ਼ਾਸਨ ਤੱਕ ਸਾਡੀ ਪਹੁੰਚੇਗੀ, ਅਤੇ ਜਿਸ ਦੌਰਾਨ ਲੋਕ ਜ਼ਿਆਦਾ ਤੋਂ ਜ਼ਿਆਦਾ ਉੱਥੇ ਜੁੱਟ ਗਏ। ਸੋ ਇਸ ਦੌਰਾਨ ਇਹ ਭੋਲਾ ਬਾਬਾ ਹਰੀ ਸਾਈਂ ਜ਼ਮੀਨ 'ਤੇ ਕਬਜ਼ੇ ਦੇ ਦੋਸ਼ਾਂ ਦਾ ਵੀ ਸਾਹਮਣਾ ਕਰ ਰਿਹਾ ਕਿ ਇਸਨੇ ਨਜਾਇਜ਼ ਜ਼ਮੀਨ ਕਈ ਥਾਂ 'ਤੇ ਦੱਬੀ ਹੈ। ਸੋ ਇਸ ਸਿਲਸਿਲੇ ਵਿੱਚ ਕਾਨਪੁਰ ਦੇ ਬਿਗਨੂ ਥਾਣਾ ਖੇਤਰ ਦੇ ਕਰਸੂਈ ਪਿੰਡ ਦੇ ਵਿੱਚ ਇਸ ਸਰਕਾਰ ਵਿਸ਼ਵ ਹਰੀ ਗਰੁੱਪ ਨੇ 5 ਤੋਂ 7 ਵਿਘੇ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕੀਤਾ, ਜਿਸ ਦਾ ਇਸ 'ਤੇ ਕੇਸ ਵੀ ਚੱਲਦਾ ਹੈ। ਹਾਥਰਸ ਤੋਂ ਬਾਅਦ ਇਸ ਦਾ ਆਗਰਾ ਦੇ ਵਿੱਚ ਪ੍ਰੋਗਰਾਮ ਸੀਗਾ 4 ਅਤੇ 11 ਜੁਲਾਈ ਦਾ। 4 ਤਰੀਕ ਤੋਂ ਲੈ ਕੇ 11 ਜੁਲਾਈ ਤੱਕ ਆਗਰੇ ਦੇ ਵਿੱਚ ਇਸ ਦਾ ਪ੍ਰੋਗਰਾਮ ਸੀਗਾ। ਉੱਥੋਂ ਦੇ ਸਾਇਆ ਥਾਣਾ ਖੇਤਰ ਦੇ ਵਿੱਚ ਗਵਾਲੀਅਰ ਰੋਡ 'ਤੇ ਨਗਲਾ ਕੇਸਰੀ ਦੇ ਵਿੱਚ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਸੀ, ਜਿਸ ਦੇ ਵਿੱਚ ਯੂਪੀ ਭਰ ਦੇ ਵਿੱਚ ਪੋਸਟਰ ਲੱਗੇ ਨੇ। 122 ਲੋਕਾਂ ਦੀ ਮੌਤ ਹੋ ਗਈ ਅਤੇ ਭਾਰਤ ਸਰਕਾਰ ਨੇ ਉਹਨਾਂ ਨੂੰ 2-2 ਲੱਖ ਰੁਪਈਆ ਅਤੇ 150 ਜ਼ਖਮੀ ਨੇ ਉਹਨਾਂ ਨੂੰ 50,000 ਰੁਪਈਆ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ। ਹਾਲਾਂਕਿ ਇਹ 18 ਸਾਲ ਇਸਨੇ ਜੋਬ ਕੀਤੀ ਹੈ CID ਡਿਪਾਰਟਮੈਂਟ UP ਪੁਲਿਸ ਦੀ, 12 ਥਾਣਿਆਂ 'ਚ ਤੈਨਾਤ ਰਿਹਾ ਅਤੇ ਆਖਰ ਫਿਰ ਇਹ ਸਾਰਾ ਕੁਛ ਛੱਡਾ ਕੇ ਕਿ ਮੈਨੂੰ ਰੱਬ ਨੇ ਦਰਸ਼ਨ ਦੇ ਦਿੱਤੇ ਨੇ, ਮੇਰੀ ਭਗਵਾਨ 'ਤੇ ਮੇਰੀ 'ਤੇ ਕਿਰਪਾ ਹੋ ਗਈ ਹੈ ਅਤੇ ਇਸ ਕਰਕੇ ਹੁਣ ਮੈਂ ਜੋਬ ਨਹੀਂ ਕਰਾਂਗਾ।
ਯਾਨੀ ਕਈ ਦੋਸ਼ ਇਸ 'ਤੇ ਲੱਗਦੇ ਨੇ ਕਿ ਕਰੋਨਾ ਕਾਲ ਦੇ ਦੌਰਾਨ ਆਮ ਗਰੀਬ ਮਜ਼ਦੂਰ ਕਿਵੇਂ ਕੁੱਟੇ ਗਏ, ਜਿਹੜੇ ਪੈਦਲ ਜਾ ਰਹੇ ਸਨ, ਲੋਕਾਂ ਨੂੰ ਕਿਵੇਂ ਸੜਕਾਂ 'ਤੇ ਲਟਾਇਆ ਗਿਆ, ਥੁੱਕ ਕੇ ਚੱਟਣ ਲਈ ਮਜਬੂਰ ਕੀਤਾ ਗਿਆ, ਗੋਡਿਆਂ ਭਾਰ ਰੜਾਇਆ ਗਿਆ, ਪਰ ਇਸ ਸਾਧ ਨੂੰ 50,000 ਦਾ ਇਕੱਠ ਕਰਨ ਦੀ ਆਗਿਆ ਦਿੱਤੀ ਗਈ ਫਰੂਖਾਬਾਦ ਦੇ ਵਿੱਚ। ਸੋ ਇਸ ਕਰਕੇ ਇਹ ਸਿਆਸੀ ਗੁੰਡਾਗਰਦੀਆਂ ਨੇ ਜਿਸ ਵਿੱਚ ਧਰਮ ਦੇ ਇਹ ਲੋਕ ਰਲ ਮਿਲ ਕੇ ਲੋਕਾਂ ਦੀ ਜਾਨ ਲਈ ਜ਼ਿੰਮੇਵਾਰ ਨੇ। ਸੋ ਸਿੱਧਾ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਗੱਲ ਇਹ ਹੈ ਕਿ ਇਹ ਧਰਮ ਦਾ ਵਿਰੋਧ ਨਹੀਂ ਹੈ। ਹੁਣ ਤੁਸੀਂ ਵੇਖੋ ਕਿ ਇਹਦੇ ਪ੍ਰਵਚਨ ਸੁਣ ਕੇ ਬੰਦਾ ਕਿੰਨਾ ਕੁ ਪ੍ਰਭਾਵਿਤ ਹੋ ਜਾਏਗਾ, ਜੇ ਤੁਸੀਂ ਰਮਾਇਣ ਸੁਣ ਕੇ, ਜੇ ਤੁਸੀਂ ਭਾਗਵਤ ਗੀਤਾ ਸੁਣ ਕੇ ਤੁਹਾਨੂੰ ਗਿਆਨ ਨਹੀਂ ਆਇਆ, ਹਨੂੰਮਾਨ ਚਾਲੀਸਾ ਪੜ੍ਹ ਕੇ ਤੁਹਾਨੂੰ ਗਿਆਨ ਨਹੀਂ ਆਇਆ, ਅਤੇ ਤੁਹਾਨੂੰ ਇਸ ਸਾਬਕਾ ਪੁਲਸੀਏ ਅਤੇ ਮੌਜੂਦਾ ਭੋਲੇ ਬਾਬੇ ਦੇ ਦਰਸ਼ਨ ਕਰਕੇ ਗਿਆਨ ਆਜੂ, ਬੈਠੇ ਕਿੱਥੇ ਹਾਂ ਯਾਰ ਅਸੀਂ ਲੋਕ, ਸੋਚ ਸਾਡੀ ਕੀ ਹੈ। ਸੋ ਇਸ ਕਰਕੇ ਇਸ ਮੁਲਕ ਦਾ ਕੁਛ ਨਹੀਂ ਹੋ ਸਕਦਾ ਜਿੰਨੀ ਦੇਰ ਅਸੀਂ ਇਸ ਪਖੰਡ ਦਾ ਵਿਰੋਧ ਨਹੀਂ ਕਰਦੇ, ਕਿਉਂਕਿ ਵੱਡੇ ਵੱਡੇ ਇਸ ਨੇ ਬੰਦੇ ਬਿਠਾਏ ਹੋਏ ਨੇ ਅਖਿਲੇਸ਼ ਯਾਦਵ ਨਾਲ, ਯੋਗੀ ਨਾਲ, ਯੋਗੀ ਦੇ ਮੰਤਰੀਆਂ ਨਾਲ, ਸਭ ਨਾਲ ਸੈਟਿੰਗ ਹੈ, ਪਿੱਛੇ ਭੀੜ ਹੈ, ਜਿਹਨੂੰ ਕਹਿੰਦੇ ਆ ਜਿਤਾਉਂਦੇ ਆ ਅਤੇ ਜਿਹਨੂੰ ਕਹਿੰਦੇ ਆ ਹਰਾਉਂਦੇ ਆ, ਭੇਡਾਂ ਵਾਂਗੂ ਲੋਕ ਯਵਕਦੇ ਫਿਰਦੇ ਆ। ਸੋ ਇਸ ਕਰਕੇ ਇਹ ਧਰਮ ਦਾ ਪਖੰਡ ਹੈ। ਇਸ ਦੇ ਨਾਲ ਤੁਸੀਂ ਵੇਖੋ ਕਿ ਜਿਹੜੀ ਤੁਹਾਡੀ ਨਵੀਂ ਪੀੜ੍ਹੀ ਹੈ ਇਹਨਾਂ ਕਾਰਨਾਂ ਕਰਕੇ ਧਰਮ ਤੋਂ ਬਾਗੀ ਹੋ ਰਹੀ ਹੈ। 50,000 ਬੰਦਾ ਇਕੱਠਾ ਹੋ ਕੇ ਉੱਥੇ ਬੈਠ ਕੇ ਕਰਦਾ ਕੀ ਹੈ, ਜੇ ਇਹੀ 50,000 ਬੰਦਾ ਇੱਕ ਦਿਨ ਕਹਿ ਦੇਵੇ ਕਿ ਸਾਰੇ ਸ਼ਹਿਰ ਦੀ ਸਫਾਈ ਕਰਨੀ ਹੈ, ਬਾਈ ਜੀ ਸਵਰਗ ਬਣ ਜੂ ਮੁਲਕ। ਜੇ ਇਹ 50,000 ਬੰਦਾ ਇਕੱਠਾ ਹੋ ਕੇ ਗਲੀਆਂ ਨਾਲੀਆਂ ਸੜਕਾਂ ਸਾਫ਼ ਕਰਨ ਤੁਰ ਪਵੇ ਤਾਂ ਇੱਕ ਵੱਡਾ ਸ਼ਹਿਰ 2 ਘੰਟੇ 'ਚ ਸਾਫ਼ ਹੋ ਜੂਗਾ, ਪਰ ਕਰਨਾ ਨਹੀਂ ਨਾ, ਉਲਟਾ ਗੰਦ ਪਾਉਣਾ। ਜਿੱਥੇ ਦੇਖੂ ਕੋਈ ਉੱਥੇ ਆਪਣਾ ਹਗਾਰ ਕਰੀ ਜਾਂਦਾ, ਕੋਈ ਉੱਥੇ ਪਿਸ਼ਾਬ ਕਰੀ ਜਾਂਦਾ, ਕੋਈ ਉੱਥੇ ਪਾਨ ਸੁੱਟੀ ਜਾਂਦਾ, ਹੈ ਨਾ, ਮਤਲਬ ਖਾ ਪੀ ਕੇ ਉੱਥੇ ਲਿਫਾਫੇ ਸੁੱਟ ਦੇਣੇ ਨੇ। ਸੋ ਇਸ ਕਰਕੇ ਜਿੰਨੀਆਂ ਇਹ ਭੇਡਾਂ ਧਰਮ ਦੇ ਨਾਂ 'ਤੇ ਤੁਰੀਆਂ ਫਿਰਦੀਆਂ ਨੇ ਨਾ, ਅਤੇ ਓਨਾ ਹੀ ਰੱਬ ਇਸ ਮੁਲਕ ਤੋਂ ਲਾਂਭੇ ਹੋ ਰਿਹਾ, ਜਿਸ ਤਰ੍ਹਾਂ ਦਾ ਸਿਲਸਿਲਾ ਹੈ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਅਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ, ਅਤੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ 9780630956 ਨੰਬਰ 'ਤੇ ਤੁਸੀਂ ਮੰਗਵਾ ਸਕਦੇ ਹੋ। ਇਸੇ ਨੰਬਰ 9876309655 'ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਇੱਕ ਟ੍ਰੈਂਡ ਫੜ ਲਿਆ, ਨਾਲ ਆਪਣੀ ਘਰ ਵਾਲੀ ਬਿਠਾ ਲਈ, ਕਈ ਬਾਬਿਆਂ ਨੇ ਫੜਿਆ, ਨਾਮਧਾਰੀਆਂ ਨਿਰੰਕਾਰੀਆਂ ਦਾ ਵੀ ਇੱਦਾਂ ਸੀ, ਮਾਫ਼ ਕਰਨਾ, ਹੋਰ ਬੜਿਆਂ ਦਾ ਕਿ ਗੁੱਡਵਿਲ ਹੈ, ਨਾਲ ਉਹਨੂੰ ਰਾਜਮਾਤਾ ਬਣਾ ਲੈਂਦੇ ਨੇ, ਅਤੇ ਕੁਛ ਬੰਦੇ ਉਹਨਾਂ ਲਈ ਆਕਰਸ਼ਿਤ ਹੋ ਜਾਂਦੇ ਨੇ ਅਤੇ ਕੁਛ ਬੰਦੇ ਮੇਲ 'ਤੇ ਆਕਰਸ਼ਿਤ ਹੋ ਜਾਂਦੇ ਨੇ। ਸੋ ਚੰਗਾ ਢਮਟਮਾਇਆ ਤੇਰੇ ਅੰਦਰੋਂ ਮੈਲ ਨਾ ਜਾਵੇ, ਮੱਸਿਆ ਨਹਾਉਣ ਵਾਲੀਏ। ਸੋ ਮੈਨੂੰ ਨਾਨਕ ਸਿੰਘ ਦੀਆਂ ਉਹ 17 ਬਹੁਤ ਸੋਹਣੀਆਂ ਲੱਗਦੀਆਂ ਨੇ, ਜੋ ਉਹਨਾਂ ਨੇ ਉਹ ਪਿਆਰ ਦੀ ਦੁਨੀਆ ਨਾਵਲ ਦੇ ਮੁੱਖ ਬੰਦ 'ਚ ਲਿਖੀਆਂ ਸੀ ਕਿ ਮਾਈਆਂ ਗਾਈਆਂ ਬੰਦੇ ਬੈਲ, ਕਿ ਮਾਈਆਂ ਗਾਈਆਂ ਦੀ ਤਰ੍ਹਾਂ ਨੇ, ਮਾਫ਼ ਕਰਨਾ, ਜਿੱਦਾਂ ਨੂੰ ਮਰਜ਼ੀ ਲੈ ਜਾਓ, ਅਤੇ ਬੰਦੇ ਬਲਦਾਂ ਦੀ ਤਰ੍ਹਾਂ ਨੇ, ਜਿਹੜੇ ਸਾਰਾ ਦਿਨ ਧੌਲੇ ਬਲਦ ਬਣ ਕੇ ਕਮਾਉਂਦੇ ਨੇ। ਮਾਈਆਂ ਗਾਈਆਂ ਬੰਦੇ ਬੈਲ, ਸੰਤ ਸਾਂਢ ਵਿੱਚ ਕਰਦੇ ਸੈਰ। ਸੋ ਇਹ ਸਾਂਢ ਤੁਰੇ ਫਿਰਦੇ ਆ, ਯਵਕ ਦੇ ਫਿਰਦੇ ਆ, ਕੀ ਕਰੋਗੇ ਇਹਨਾਂ ਲੋਕਾਂ ਦਾ, ਕੋਈ ਹੱਲ ਨਹੀਂ ਹੈ।